ਸਾਖੀ ਵਾਹਿਗੁਰੂ ਪੈਜੇ ਆਪਣੇ ਨਾਮ ਨੇ ਰੱਖੀ ਵਾਹਿਗੁਰੂ ਪੈਜੇ ਆਪਣੇ ਨਾਮ ਨੇ ਰੱਖੀ ਵਾਹਿਗੁਰੂ ਰੱਖੀ ਵਾਹਿਗੁਰੂ ਪੈਜੇ ਆਪਣੇ ਰੱਖੀ ਵਾਹਿਗੁਰੂ ਠਾਕੁਰ ਮੇਰੇ ਜੀ ਜਨਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਵਾਹਿਗੁਰੂ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ ਬੁਰੇ ਭਲੇ ਹਮ ਥਾਰੇ
भले हम थारे वाहिगुरु मोरे भले मोरे भले हम थारे मोरे भले हम थारे कर प्यारे बुरे भले हम थारे सुनी पकार समरथ स्वामी बंधन काट सवारे पहर सिर पाओ सेवक जन मेले नानक प्रगट बहारे रखी वाहिगुरु पैज अपने नाम जी रखी दादिया पैज अपने नाम जी शरण प्रभ मोहे कृपा तारे सेवा कछु ना जानही नीच मुरखारे हम अपराधी सद भूलते तुम बख्शन हारे मान करो तुझी ऊपर है मेरे प्रीतम प्यारे मेरे प्रीतम प्यारे जी प्रीतम प्यारे जी कछु ना जानगी नीच मुरखारे हम अपराधी सद भूलते तुम बख्शन हारे माण करो तुझी ऊपर माण क
ਪਰੋਤ ਦੀ ਉੱਪਰ ਹੈ ਮੇਰੇ ਪ੍ਰੀਤਮ ਪਿਆਰੇ। ਇੱਕ ਤੇਰਾ ਹੀ ਪਰਵਾਸਾ ਸਾਡਾ ਰੱਖ ਲੂ ਮਾਣ ਨੀ ਮਾਣਿਆਂ ਦਾ, ਰੱਖ ਲੂ ਮਾਣ ਨੀ ਮਾਣਿਆਂ ਦਾ, ਦੁਖਦਾਰੀ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਹਰ ਜਿਉ ਨਾਮ ਪਰਿਉ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਨਿਮਾਣਿਆ ਕੇ ਮਾਣ ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ, ਜੈਸਾ ਵਾਰਕ ਪਾਏ ਸੁਭਾਈ, ਲੱਖ ਅਪਰਾਧ ਕੁਮਾਵੈ, ਕਰਮ ਦੇ ਝਿੜਕੇ ਵੋ ਪੰਤੀ ਬਹੁੜ ਪਿਤਾ ਗੱਲਾ, ਪਿਛਲੇ ਔਗਣ ਬਖਸ਼ ਲਹੇ ਪ੍ਰਭ ਆਗੇ ਮਾਰਿਓ। ਇੱਕ ਦਿਨ ਬਾਜਾਂ ਵਾਲੇ ਕੋਲੋਂ ਮੈਂ ਪ੍ਰੇਮ ਸਰਾਹੀ ਪੀਤੀ, ਭਾਗ ਹਮਾਰੀ ਲਿਖੀ ਫਕੀਰੀ। ਇਹ ਜਿਹੜਾ ਪ੍ਰੇਮ ਦਾ ਪਿਆਲਾ, ਬਾਣੀ ਦਾ ਪਿਆਲਾ ਹਰ ਕੋਈ ਮਿਲਦਾ ਨਹੀਂ, ਜੇ ਮਿਲ ਜਾਏ ਭਾਗ ਚੰਗੇ ਹੋਣ ਤਾਂ ਇਹੋ ਜਿਹਾ ਸਮਾਂ ਮਿਲਦਾ ਹੈ, ਭਾਗ ਚੰਗੇ ਹੋਣ। ਜਿਵੇਂ ਸਾਰੇ ਹੀ ਪਰਿਵਾਰ ਦੇ ਭਾਈ ਬਲਜਿੰਦਰ ਕੇ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਬਲਵਿੰਦਰ ਸਿੰਘ, ਇਹਨਾਂ ਦੇ ਬਜ਼ੁਰਗ ਬਚਪਨ ਤੋਂ ਹੀ ਦਾਸ ਨਾਲ ਪਿਆਰ ਕਰਦੇ ਆ। ਉੱਧਰ ਭਾਈ ਜਸਵੰਤ ਸਿੰਘ ਜੀ, ਇਹਨਾਂ ਦੇ ਗਾਂ ਰਿਸ਼ਤੇਦਾਰ ਰਾੜਾ ਸਾਹਿਬ, ਸਾਰਾ ਇਲਾਕਾ ਹੀ ਬਹੁਤ ਹੀ ਸਨੇਹ ਕਰਦੇ ਹਨ। ਸੋ ਇਹਨਾਂ ਦੇ ਪ੍ਰੇਮ ਦੇ ਬੰਦੇ ਆਏ ਹਾਂ, ਭਾਵੇਂ ਅਸੀਂ ਕੱਲ੍ਹ ਰਿਸ਼ੀਕੇਸ਼ ਹਾਂ। ਸਿੰਘ ਕਹਿੰਦੇ ਬਾਬਾ ਜੀ ਹੇਮਕੁੰਟ ਸਾਹਿਬ ਨੂੰ ਚੜ੍ਹ ਜਾਈਏ। ਮੈਂ ਕਿਹਾ ਕਰ ਫੋਨ ਫਿਰ ਉਹਨੂੰ, ਸਿੰਘ ਨੂੰ। ਇਹ ਕਹਿੰਦਾ ਨਾ ਬਾਬਾ ਜੀ, ਲਾਜ ਰੱਖ ਲਿਓ, ਦੇਖਿਓ ਕਿਤੇ ਇਹੋ ਜਿਹਾ ਕੰਮ ਨਾ ਕਰਿਓ।
ਫਿਰ ਜੀ ਪੁੱਛਿਆ ਉੱਥੇ ਪਹਾੜ ਵਾਲਿਆਂ ਨੂੰ, ਕਹਿੰਦੇ ਬਾਬਾ ਜੀ ਤਾਂ ਬਰਫ਼ ਹੀ ਬਹੁਤ ਉੱਥੇ ਜਾ ਕੇ ਕਰੋਗੇ, ਹਜੇ ਰਸਤੇ ਖੁੱਲ੍ਹੇ ਨਹੀਂ ਹੇਮਕੁੰਟ ਸਾਹਿਬ ਦੇ, ਠੰਡ ਬੜੀ ਹੈ ਕਹਿੰਦੇ, ਫਿਰ ਅਸੀਂ ਤਾਂ ਮੁੜੇ ਹਾਂ, ਨਹੀਂ ਤਾਂ ਚੜ੍ਹ ਗਏ ਸੀ ਪਹਾੜਾਂ ਨੂੰ। ਜੰਗਲ ਗਏ ਨਾ ਮੋੜ ਦੇ, ਜੰਗਲ ਕਿਹਦੇ ਮਿੱਤ, ਜੋਗੀ ਕਿਹਦੇ ਮਿੱਤ, ਜੋਗੀ ਪਲਟਾ ਮਾਰ ਗਏ, ਜੋਗੀ ਬੜੇ ਜੰਗਲ ਦੇ ਵਿੱਚ, ਇਹ ਕਿਸੇ ਦੇ ਮਿੱਤ ਥੋੜ੍ਹੀ ਹੁੰਦੇ ਆ। ਪਰ ਫਿਰ ਵੀ ਭਰਾਵਾ ਤੇਰੀ ਲਾਜ ਰਹਿ ਗਈ, ਸਤਿਗੁਰੂ ਨੇ ਮਿਹਰ ਕੀਤੀ ਹੈ, ਰਾਖ ਪੈਜ ਨਾਮ ਆਪਣੇ ਮਹਾਰਾਜ, ਤੁਹਾਡਾ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਮਿਹਰ ਕਰੋ ਸਾਡੀ ਇਸ ਤਰ੍ਹਾਂ ਲਾਜ ਰੱਖਣਾ, ਬੇਨਤੀ ਕਰਦੇ ਰਿਹਾ ਕਰੋ ਮਹਾਰਾਜ, ਹਮੇਸ਼ਾ ਇਹੋ ਜਿਹੀਆਂ ਖੁਸ਼ੀਆਂ ਆਨੰਦ ਖੇੜੇ ਬਖਸ਼ਦੇ ਰਹਿਣਾ। ਕਿਤੇ ਸਾਡੀ ਵੀ ਕੁਲੀ ਨੂੰ ਬਾਗ ਲਾਜੋ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਵਿਦਰ ਕੋ ਦੇਖੈ ਉਹ ਗਰੀਬ ਮੋਹ ਪਾਵੇ। ਭਗਵਾਨ ਪ੍ਰੇਮ ਦਾ ਭੁੱਖਾ, ਜਿੱਥੇ ਕੋਈ ਪ੍ਰੇਮ ਸ਼ਰਧਾ ਨੂੰ ਯਾਦ ਕਰਦਾ ਪਰਮੇਸ਼ਰ ਰੀਝਦਾ ਪ੍ਰੇਮ 'ਤੇ। ਅੱਜ ਭਗਤ ਤਰਲੋਚਨ ਜੀ, ਇੱਕ ਪੰਡਿਤ ਤਰਲੋਚਨ ਭਗਤ ਅੰਨਾ ਜੀ ਦੇ ਗੁਰਦੇਵ ਹੋਏ, ਅਤੇ ਇੱਕ ਤਰਲੋਚਨ ਬੇਣੀ ਜੀ ਹੋਏ ਆ, ਭਗਤ ਬੇਣੀ ਜੀ। ਇਹ ਨਾਮਦੇਵ ਜੀ ਦੇ ਪੁਰਾਣਾ ਸੇ ਪਿਆਰੇ ਮਿੱਤਰ ਸਨ। ਅੱਜ ਘਰ 'ਚ ਵਿਚਾਰ ਹੋਈ ਵੀ ਸਾਧੂ ਮਹਾਤਮਾ ਬੜੇ ਆਉਂਦੇ ਹੈ, ਹੁਣ ਸਰੀਰ ਸਿਆਣੇ ਹੋ ਗਏ, ਬਿਰਧ ਹੋ ਗਏ, ਸੰਤ ਮੰਡਲੀ ਕਈ ਵਾਰੀ ਦਸ ਦਸ ਪੰਦਰਾਂ ਪੰਦਰਾਂ ਸਾਧੂ ਵੀਹ ਵੀਹ ਸਾਧੂ ਆ ਜਾਂਦੇ ਹੈ। ਭਗਤਾਂ ਦੇ ਘਰ ਭਗਤਾਂ ਦਾ ਆਉਣਾ, ਜੁਆਰੀਆਂ ਦੇ ਘਰ ਜੁਆਰੀਆਂ ਦਾ ਜਾਣਾ, ਵਪਾਰੀਆਂ ਦੇ ਘਰ ਵਪਾਰੀਆਂ ਦਾ, ਜਿਹੋ ਜਿਹਾ ਮਾਹੌਲ ਘਰ ਵਿੱਚ ਹੁੰਦਾ ਉਹੋ ਜਿਹਾ ਆਵਾਜਾਈ, ਉਹੋ ਜਿਹੇ ਸ਼ਰਧਾਲੂ ਗੁਰਸਿੱਖਾਂ ਦੀ, ਪਿਆਰਿਆਂ ਦੀ, ਪ੍ਰੇਮੀਆਂ ਦੀ, ਮਨੁੱਖ ਦੀ ਬਣੀ ਰਹਿੰਦੀ। ਭਗਤਾਂ ਦੇ ਘਰ ਭਗਤਾਂ ਦਾ ਆਉਣਾ ਵੀ ਸੰਤ ਮੰਡਲੀ ਆ ਜਾਂਦੀ ਕਈ ਵਾਰੀ, ਹੁਣ ਸਰੀਰ ਸਿਆਣੇ ਹੋ ਗਏ, ਸੇਵਾ ਨਹੀਂ ਕਰ ਹੁੰਦੀ ਵੀ ਕਿਤੇ ਸਾਧੂ ਨਾਰਾਜ਼ ਨਾ ਹੋ ਕੇ, ਕਿਉਂਕਿ ਉਦੋਂ ਹੱਥੀ ਆਟਾ ਪੀਸਿਆ ਜਾਂਦਾ ਸੀ, ਹੁਣ ਤਾਂ ਘਰਾਟ ਲੱਗ ਗਏ, ਮਸ਼ੀਨਰੀ ਯੁੱਗ ਹੈ, ਚੱਕੀਆਂ ਥਾਂ ਥਾਂ ਹਰ ਪਿੰਡ ਵਿੱਚ ਆਟਾ ਪੀਸਿਆ ਜਾਂਦਾ, ਉਦੋਂ ਹੱਥੀ ਆਟਾ ਪੀਸ ਕੇ ਭੋਜਨ ਤਿਆਰ ਕੀਤਾ ਜਾਂਦਾ ਸੀ। ਵੀ ਕਿਉਂ ਨਾ ਨੌਕਰ ਰੱਖ ਲਈਏ,
ये जिहड़े भगत बेणी जी बड़ी प्यार वाली रंगी रूह सी भगवान नाल प्रेम करन वाले ते अंतरजामी भगवान ने दिल दी बुझ ली भी अज भगत बेणी जी किसी नौकर की तलाश विच है। हुण भगवान प्रेम तेरी जिंदा कहिंदे तूं क्यों ना जाके भगत बेणी जी दे घर साधुआं दी सेवा कर। भगवान आप खुद मड़ासा जा मार लिया ते प्राणी जी धोती बन ली, पैरां च कुटियां जी चपलियां पा लियां, हथ च डंडोरी जी पकड़ ली, ऐदा घर आ गए मूहरे। बेणी जी का घर पुछिया भी बेणी जी का घर यही है भगत बेणी जी का? कहिंदे हाँ जी यही ही है। तो बेणी की घरवाली कहिंदे आओ जी किवें आए हो? कहिंदे जी तुहानू नौकर की लोड़ है? कहिंदे हाँ जी इसका कई दिन हो गए सानू लभदे आं, सानू तो नौकर मिले ही नहीं। भगवान खुद कहिंदे जी मैनू नौकर रख लवो। वह कहिंदे की तेरा नाम है तो की तेरा हिसाब किताब लएगा की? वह कहिंदा बीबी गल ये है भी मैं लेना कुछ नहीं, जिन्ना मैनू दोगे मैं खा लिया करूँ, मैं संजम च रहन वाला, जिन्ना दोगे उन्ना ही खावगा, जे नहीं मिलेगा तो भी मैनू वाहगुरु ते अकाल पुरख दे भरोसा है मैं उस तरह गुजारा करूँ, पर मेरी तनखाह कोई नहीं, मैं सिर्फ प्रेम का भुखा। कहते ना तेरा, कहते ना मेरा अंतरजामी, मैंने दसी जा रहे हैं, कहते ना मेरा अंतरजामी, कहते रहना कि कहते सर्वव्यापी, हर थान पर रहना जिते मैं कोई प्रेम नाल याद करना मैं जाना। इन्हें नू जो बचन वाला चल रहे सन बेणी जी ने पता लग गया, बेणी जी बाहर आ गए भगत जी, कहते की गल है भागवान ने गल कि कहते नौकर मिले जी, कहते खाना जे जा दे दोगे वह जहाँ खा लूँ, ना दोगे तो भी संजम है, जे बाला पा दोगे बाला खा लूँ, थोड़ा दे दोगे थोड़ा, पर नाम अंतरजामी दसदा। चलो कहते आप ड्यूटी लैनी है ना कोई होगी तो ठंडा टिकाणा, कहते सर्वव्यापी हर थावां ते रहण वाला मैं, पर एक मेरी शर्त है। भगत बेणी जी नूं कहिंदे हुण एक मेरी शर्त है, जिथे भगत जी भगवान की निंदिया होगी ना रब की निंदिया उत्थे मैं नहीं रहना, है खुद आप रब, उत्थे मैं नहीं रहना जिथे भगवान की निंदिया होगी, पर निंदिया नहीं रब की करनी, ये मेरी शर्त है। कहिंदे नौकर तो बड़ा वधिया, आप निंदिया नहीं करांगे, आप तो है ही भगत, आप रब की उस्तत करन वाले हाँ, उसकी बड़ियाई करन वाले हाँ, आप क्यों माड़ा कहांगे रब नूं? कई कह दें मर रब ने साडा की करता, रब ने साडा की सवारता, आ नहीं सानू दिता, आ नहीं दिता, आ नहीं दिता, दोष रब नूं दिंदे, हालांकि दोष साडे अपने कर्मां दा हुंदा है। ददा दोष न देहूं किसे, दोष कर्मा अपनिया, जो मैं किया सो मैं पाया, दोष न दीजे अवर जना। फल कीते कर्मा दे मना भोग दे, दोष दे विवाही Oh,
की दोष देना तेरे अपने कर्मों का दोष। शरीर मिलता ही बॉडी मिलती सानू दुख ते सुख खुशी और गमी भोगण वास्ते, नहीं तो शरीर नहीं मिलता। शरीर तद ही मिलता असी अपने कर्म भोगण आने। जेडे घर च बच्चे जन्म लेंदे ये साढ़े बच्चे नहीं, तो साढ़े कर्म जमे होंगे। ये साढ़े लैण दे ते संबंध है महाराज। कई मापे नूं सुख दिंदे आ, कई मापे नूं दुख दिंदे आ। सारी जिंदगी उधर पैसा लग गया, उधर लंबा लग गया, उधर हो गया, उधर ऐ हो गया। सारी जिंदगी चिंता में डुबे रहने। ये साढ़े अपने कर्म है, ये साढ़े कर्म जमे है। लैण देण दे संबंध है। जो लैण देना पूरा हो जाता है, कौन माता कौन पिता कौन भरा कौन ताया कौन चाचा, आओ गए आओ गए, थोड़े चिर का पाठ। एक दिन धरतराष्ट्र महाराज जी भगवान का बड़ा निकटवर्ती भगत सी। ये पंज भरा पांडव नहकुल सहदेव अर्जन भीम धर्मपुत्र युधिष्ठिर। अर्जन महाराज जी का बहुत प्यारा भगत सी। इन्ह वंश घर ही त्रिष्टलास्त्र से जो बचपन तो अंधा सी। इस तरह ज्ञान चर्चा चल रही थी, उन्हें बचन किया भगवान देखो मैनू किन्ने सुख दिते, राज भाग दिता, राणिया महाराणिया किन्ना सुख राम बख्शे, किन्ने सुंदर महल बख्शे, पर मैं वेखण शक्ति नहीं मिली। मैं राज भाग अपना धन संपदा वेख नहीं सकता, ठाठ भाग तो मैनू राजा ही बना दिता। कहते राजा तू इस बने है, तेरा कोई चंगा कर्म सी, चंगे पुन सन, पुना में वाधा सी, तेरा राज भाग मिले। तपो राज ते राजो नरक। तप कीते राज मिलता है। जे राज भाग लैके भी फिर तप ना करे, बंदगी ना करे, पुना च वाधा ना करे, फिर एक दिन वह कंगाल हो जाता, गिर जाता धरती पर, पुना पुन घट गए। फिर कहना मेरा माड़ा कर्म की है। वो त्रिष्टराष्ट्र कहता मैं 100 जन्म की खबर रखना, 100 जन्म। साडा दिमाग यहो जहाँ सी चाबियां रख के भुल जाते, बटुआ रख के भुल जाते भी कितने पिया से, ना रात को रखे होंगे सवेरे भुल जाते, उस फलाना समान कितने नाणेदार में मैं तेन खड़ाया से, वह कहती मैनू कितने फड़ाया, तू आप ही रखे चक्कर चाबियां कितने फलानी कितने तिबकी चीज़ कितने भुल जाने। साडा दिमाग 100 साल की खबर त्रिष्टराष्ट्र 100 साल। हुण भगवान भी जानते भी हाँ वाकई तेन 100 साल की खबर है। कहना मेरा 100 साल मैनू पता मेरा कोई माड़ा कर्म नहीं, मैनू इन्ना इलम है 100 साल में मेरा माड़ा कर्म कोई नहीं, मैनू पूरा इलम है। जो मैं पिक्चर दिखा रहा बना रहा रिकॉर्ड कर रहा, फिर अगे दिखाएगा सारा वर्ल्ड रिकॉर्ड जाएगा, साड़ी मूर्त सारे जिन्हें आप बैठे हैं। इस तरह कहना मैं सारा रिकॉर्ड जानना, सारी मूर्त पिक्चर मेरी अखा के मूहरे है, मेरा कोई माड़ा कर्म नहीं 100 साल। भगवान कृष्ण कहते केड़ियां गल्लां करदा, नेड़े नूं हो जा। जदों नेड़े नूं होया ना भगवान ने फिर इत्थे हथ रख्या, जिहनूं त्रिकुटी कहिंदे आ संत महाराज साहिब महापुर के, इत्थे त्रिकुटी हुंदी है। इत्थों फिर अनुभव खुलदा, 10वें द्वार नूं जोगी जांदा इत्थों। फिर महाराज जदों उत्थे रखे ना दिव्य नेत्र, जिहड़ा दिव्य नेत्र कहिंदे आ, एक होंगे बाहरले नेत्र वेखण दुनिया वेखण वाले, एक दिव्य दृष्ट होंगे जिवें शिवजी भोले शंकर का खुलिया, जो नेत्र बंद आ सारी ब्रह्मंड सुरी सब वेख लेंगे सर कितने की हो रहा। इस तरह जो ध्यान कहते हूँ ध्यान मार, जो इतने हथ रखे ना कृष्ण जी ने कहते हूँ ध्यान मार, की वेखदा राजा छोटी उम्र जिमें बच्चे खेडते जिम्मे हूँ अटेडे जी उठ के इतों चे गए रौला रौला जहाँ पाते 2 मिनट तो बैठे भज गए, उन्होंने खेड प्यारी होंगी है, वह बाहर खेडिया भंगड़े पाते हो गए, उन्होंने चंगा नहीं लगता रस, उन्होंने की दीवान तक की संगत की गुरबाणी तक उन्होंने हजे उतना ज्ञान नहीं है, आए पर बैठे चले गए, रस नहीं ना उन्होंने रस है गेमां च खेडां च।
पहला प्यार लगे थन दुध दूजे माए बाप की सुध तीजा भैया भाभी बेब चौथे प्यार प्यारी होंगी फिर आके गेड़ा गुड़ा कढ़ के इन्हों प्यारी खेड है जो मर्जी होवे भावे कोल दी अंकल जी ना आंटी जी ना गिम जी बस रह गए हाँ ठीक है ओके बाय बाय बहुत ही एक बार असं अमेरिका गए साढ़े वीर जी काका जी घटाणी साहब वाले आए हैं साढ़े आढ़ती है बहुत तकड़े सरदार है उत्थे बड़े ट्राले ट्रक बड़ी मेहर है इन्हों बड़े बड़े घर ले हैं इन्हों तो इन्हों के घर गए उत्थे निके निके बच्चे महंत अपना वो जू लग्या गेम खेड वो कहते बीबी कहती बाबा जी है हाँ सत श्रीकाल बाबा जी फिर ऐ उत्थी फिर उत्थी जानी ध्यान नहीं उन्हें खेड़िया जे मैं फिर अपने मन में सोचा मना जिमें बच्चे का ध्यान गेम विच मस्त है जे तेरा ध्यान इवें नाम विच मस्त हो जाए फिर गल ना बन जाए कोई आ जाए कोई रिश्तेदार आ जाए पर उन्होंने परवाह नहीं वो गेम विच मस्त आ उत्थी टच टच करी जाएंगे पता नहीं किमें खेड़ गेम उन्होंने उतो कुछ मिलता मन रस भालदा उन्होंने को रस मिलता तद ही खेड़ तद ही इन्ने घंटे बैठे रहेंगे जे सानू रस मिलू नाम विच असी क्यों नहीं घंटा वधी बैठ सकते जे रस मिलू सानू जपजी साहब विच असी क्यों नहीं जपजी साहब का पाठ कर सकते सानू रस नहीं है गुरबाणी च नंद नहीं है सानू नंद आ नाटक चेटक मुजरियां विच सानू नंद आ झूठे रंग तमाशियां च सानू रंग है झूठे रसा कसा च उधर नू मन दा उड़दा ये जवान झूठे रसा की झूठी भुखी है ये नेत्र झूठे रंग तमाशे भुखे है पर नहीं रज सकते बिना संतोख नहीं को राजा देख राजन ये तू ही है छोटी उम्रे पिक्चर वांगू दिखाता सामने भगवान ने पिक्चर लाती राजा त्रिष्टर दे नेत्रां च कहिंदे वेख तू ही है कहिंदा हाँ जी मैं ही है की हो रहा कहिंदे जी निक्का जिहा बच्चा नाल बच्चे खेडियां पा रहे हैं तोता फड़िया अक तो और जो टिड्डा जहाँ होंगे लम्मियां टंगा जी वाला हूँ नहीं वो तोते है हूँ तो मारते जिमीदारा ने स्प्रे कर करके सारी खत्म अगे होंगे तत्ते तोते जे हरे रंग दे बैठा अक ते राजे ने फड़िया फड़ के ओदे विच सूला मारियां कीकर दी तिखियां सूला ओदियां अखां विच वो टिड्डे दे तोते दे अखां विच तिखियां सूला मार दित्तियां महाराज तिखियां सूला वो तड़प तड़प के सामने प्राण त्याग गया ये बच्चे हस रहे नाले राजा हस रहे हैं कहिंदे कृष्ण कहिंदे क्यों आई समझ ये तू ही है ना कोई होर तो नहीं कहते हाँ महाराज मेरी रूह है मेरी आत्मा मैं हूँ भावें वड्डा हो गया पर 106 जन्म का 100 साल तो नहीं 106 जन्म का माड़ा कर्म अखां दे सामने लैंदा भगवान ने आ वेख तेरा 106 जन्म का माड़ा कर्म अक का टिड्डा ओदियां अखां विच किकरां दियां सूलां मार के अंधा किया 106 जन्म तो बाद तेनू ये कर्म भोगना पिया मित्रा ये कर्म जे अज कर्म किया ना जे कभी हुणे सानू फल मिल जू ये भुल जाओ जे अज कर्म बीज अज पाता अज थोड़ी फल मिल जू पंज महीने हो गए छिट्टा दित्तिआं नू कणक दा अज माड़ी जी आस होई है वी हुण कणक पक गई वढ लो एकदम तो नहीं फल मिलता फल लैण लई सानू थोड़ी अड़ी करनी पएगी वेट करनी पएगी कर्म अज बीजे है हौली हौली ज्यों ज्यों कर्म ने वधना तेरे ने भावें चंगा भावें माड़ा ओदा फल तैनू अवश्य मिलेगा भोगे बिन भागे नहीं कर्म गति बलवान ये कर्म गति बड़ी बलवान है तैनू हर हालत कर्म भोगना पएगा फिर कहिंदे रब ने मैनू आ नहीं दिता रब ने मेरा आ नहीं किया रब है तेरे कर्मां दा गेड़ हेर फिर जदों तेरे भागां जिहड़ी वस्तु आ तैनू मिल जाएगी जिहड़े तेरे भाग है ना वो तैनू वस्तु मिलेगी जदों वक्त आएगा उधरों गुरु की कृपा वरतेगी अरदास करेंगा जो दुआ जो दात मुश्किल है जो जिहड़ी दुआ है ना अरदास गुरु चरणा च कर जो बात दुआ ना करे दवा बूटी डॉक्टर की फेल हो जाए डॉक्टर हथ खड़े कर जाए जो बात दुआ ना करे वो दुआ से होती है दुआ मतलब अरदास वाहगुरु अगे खुदा अगे अरदास करो मुश्किल तो जे दुआ मुश्किल से होती है जब काबल मुर्शद मिल जाए तो बात खुदा से होती है जब पूर्ण रब परमेश्वर मिल जाए फिर सीधा कनेक्शन रब नाल जुड़दा भाई दद्दा दोष ना देहूं किसे दोष कर्मा अपनिया जो मैं किया सो मैं पाया दोष ना दीजे अवर जना दद्दा दोष ना देहूं किसे दद्दा दोष ना
ਦੱਦਾ ਦੋਸ਼ ਨ ਦੇਹੂੰ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਮੈਂ ਕਰਮ ਕੀਤਾ ਬੀਜ ਬੀਜਿਆ ਧਰਤੀ 'ਚ ਉਹ ਮੈਨੂੰ ਫਲ ਮਿਲਿਆ ਬਾਬਾ ਫਰੀਦ ਜੀ ਨੰਗੇ ਜਾ ਰਹੇ ਆ ਅਤੇ ਇੱਕ ਜ਼ਿਮੀਂਦਾਰ ਬੀਜ ਪਾ ਰਹੇ ਆ ਬਾਬਾ ਜੀ ਨੇ ਪੁੱਛਿਆ ਭਾਈ ਭਗਤਾ ਕੀ ਕਰਨਾ ਹੈ ਕਹਿੰਦੇ ਜੀ ਬੀਜ ਦਾ ਛਿੱਟਾ ਦਿੱਤਾ ਕਹਿੰਦੇ ਕੀ ਮਿਲੂ ਫਲ ਕੀ ਮਿਲੂ ਤੈਨੂੰ ਕਹਿੰਦੇ ਜੀ ਮੈਨੂੰ ਅੰਗੂਰਾਂ ਮਿਲਣਗੀਆਂ ਮੇਵੇ ਦਾਖਾਂ ਮਿਲਣਗੀਆਂ ਦੱਦਾ ਦੋਸ਼ ਨ ਦੇਹੂੰ ਕਿਸੇ ਦੋਸ਼ ਕਰਮਾ ਛਿੱਟਾ ਦੇ ਰਿਹਾ ਉਹ ਜ਼ਿਮੀਂਦਾਰ ਕਹਿੰਦੇ ਕੀ ਮਿਲੇਗਾ ਕਹਿੰਦੇ ਦਾਖਾਂ ਅਤੇ ਬੀਜ ਕਾਹਦੇ ਆ ਕਹਿੰਦੇ ਕਿੱਕਰਾਂ ਦੇ ਬਾਬਾ ਫਰੀਦ ਕਹਿੰਦੇ ਕਿੱਕਰਾਂ ਦੇ ਬੀਜ ਪਾਉਂਦਾ ਅਤੇ ਭਾਲਦਾ ਦਾਖਾਂ ਇਹ ਤਾਂ ਤੇਰੀ ਮਨੌਤ ਗਲਤ ਆ ਇਹ ਨਹੀਂ ਇਹ ਤੈਨੂੰ ਫਲ ਥੋੜ੍ਹੀ ਮਿਲਣਾ ਇਹ ਤਾਂ ਤੈਨੂੰ ਸੂਲਾਂ ਮਿਲਣਗੀਆਂ ਸੂਲਾਂ ਨਾ ਉਹਦੀ ਕਿੱਕਰ ਦੀ ਛਾਂ ਕਿਸੇ ਕੰਮ ਕਿੱਕਰ ਘਰ ਕੁਪੁੱਤ ਘਰ ਘਰ 'ਚ ਕਿੱਕਰ ਵੀ ਮਾੜੀ ਭੈੜੀ ਔਲਾਦ ਵੀ ਮਾੜੀ ਮੈਂ ਇਹੋ ਜਿਹੇ ਵੀ ਮਨੁੱਖ ਸਰੀਰ ਵੇਖੇ ਆ ਮਾਪੇ ਵੀ ਇੱਦੋਂ ਤਾਂ ਔਲਾਦ ਨਾ ਹੀ ਹੁੰਦੀ ਵਾਂਝ ਹੀ ਚੰਗੀ ਸਭਾ ਇੰਨੇ ਦੁਖੀ ਕੀਤਾ ਸਾਨੂੰ ਕਿੱਕਰ ਘਰ ਕੁਪੁੱਤ ਘਰ ਤੀਜੀ ਕਲਿਹਾਰੀ ਨਾਰ ਕਹਿਣਾ ਨਾ ਮੰਨੀ ਘਰ ਵਾਲੀ ਆਪਣੀ ਹੀ ਗੱਲ ਪਗਾ ਦੇ ਇੱਕ ਵਾਰੀ ਹਰਿਦੁਆਰ ਚਲੇ ਗਏ ਇਸ਼ਨਾਨ ਕਰਨ ਵਾਸਤੇ ਉਹਦੀ ਘਰ ਦਾ ਮਿਸ ਮਿਸ ਜਿਹਦਾ ਉਹਦੀ ਘਰ ਵਾਲੀ ਵਾਈਫ ਦਾ ਸੁਭਾਅ ਉਲਟ ਸੀ ਪੁੱਠਾ ਚੱਲਦਾ ਸੀ ਜਦੋਂ ਗੰਗਾ ਮਈਆ ਜੀ 'ਤੇ ਇਸ਼ਨਾਨ ਕਰਨ ਲੱਗੇ ਉਹ ਕਹਿਣ ਲੱਗਾ ਘਰ ਵਾਲਾ ਕਹਿੰਦਾ ਹੀ ਉਹ ਕਰ ਤੂੰ ਇਸ਼ਨਾਨ ਤਾਂ ਰਹਿਣੇ ਦਿੰਦੇ ਅੱਜ ਆਪਾਂ ਠੰਡਾ ਬਹੁਤ ਆ ਪਾਣੀ ਇੱਕ ਤੇਜ਼ ਬੜਾ ਉਹ ਕਹਿੰਦੀ ਮੈਂ ਤਾਂ ਨਹਾਉਂਗੀ ਉਲਟ ਚੱਲਣਾ ਨਾ ਉਹ ਕਹਿੰਦਾ ਤਾਂ ਪੰਗੇ ਲੈ ਲਿਆ ਕਹਿੰਦਾ ਐਂ ਕਰ ਫਿਰ ਤੂੰ ਕਿਨਾਰੇ 'ਤੇ ਬਹਿ ਕੇ ਇਸ਼ਨਾਨ ਕਰ ਲਾ ਅਤੇ ਮੈਂ ਵੀ ਇੱਥੇ ਦੋ ਛਿੱਟੇ 'ਚ ਮਾਰ ਲੈਂਦਾ ਜਿਵੇਂ ਆਪਾਂ ਮਲਾਇਮ ਦੇ ਮਾਰੇ ਸੀ ਉਹ ਕਹਿੰਦਾ ਨਾ ਜੀ ਮੈਂ ਤਾਂ ਵਿਚਾਲੇ ਨਾ ਉਹ ਕਹਿੰਦਾ ਕਮੜੀਏ ਰੁੜ ਜਾਏਗੀ ਕਹਿੰਦੀ ਨਾ ਜੀ ਮੈਂ ਤਾਂ ਵਿਚਾਲੇ ਨਾ ਵਿਚਾਲੇ ਜਦੋਂ ਹੁਣ ਉਹ ਪਾਣੀ ਦਾ ਵਹਿਣ ਇੰਨਾ ਤੇਜ਼ ਦਾ ਘਰ ਦੇਖੇ ਆਪਾਂ ਗੰਗਾ ਕਿੰਨੀ ਤੇਜ਼ ਚੱਲ ਰਹੀ ਸੀ ਇੰਨਾ ਤੇਜ਼ ਪਾਣੀ ਭਾਖੜੇ ਵਾਂਗੂ ਆਏ ਜਾਵੇ ਰੁੜਦੀ ਉਹ ਜਿਹੜਾ ਘਰ ਵਾਲਾ ਉਹ ਜਿੱਧਰੋਂ ਪਾਣੀ ਉੱਧਰ ਨੂੰ ਜਾਵੇ ਭੱਜਿਆ ਉਹ ਕਹਿੰਦੇ ਭਾਈ ਸਾਹਿਬ ਜੀ ਕੀ ਗੱਲ ਕਹਿੰਦਾ ਮੇਰੀ ਘਰ ਰੁੜ ਗਈ ਕਹਿੰਦਾ ਗਈ ਤਾਂ ਉੱਥੇ ਬਲੂ ਕਹਿੰਦਾ ਨਹੀਂ ਆਊਗੀ ਜੇ ਦਰਿਆ ਇੱਧਰ ਨੂੰ ਆਊ ਕਹਿੰਦਾ ਕਹਿੰਦਾ ਪੁੱਠਾ ਦਿਮਾਗ ਹੈ ਕਹਿੰਦਾ ਇੱਧਰ ਨੂੰ ਆਊ ਕਹਿੰਦਾ ਕਹਿੰਦੇ ਗਈ ਤਾਂ ਉੱਧਰ ਨੂੰ ਪਾਣੀ ਉੱਧਰ ਤੁਰ ਜਾਂਦਾ ਉੱਧਰ ਭੱਜ ਲਿਆ ਜਦੋਂ ਪਾਣੀ ਆਉਂਦਾ ਸੀ ਕਹਿੰਦਾ ਮੈਨੂੰ ਪਤਾ ਇੱਧਰ ਵੀ ਆਉਣਾ ਕਹਿੰਦਾ ਜਾਣੀ ਕਹਿਣ ਦਾ ਭਾਵ ਵੀ ਕਿੱਕਰ ਕਰ ਕਪੁੱਤ ਕਰ ਤੀਜੀ ਕਲਿਹਾਰੀ ਪੁੱਠਾ ਦਿਮਾਗ ਹੋਵੇ ਕਲਿਹਾਰੀ ਨਾਰ ਚੌਥੇ ਮੈਲੇ ਕੱਪੜੇ ਕੱਪੜੇ ਹੁਣ ਖੱਦਰ ਦੇ ਪਰ ਹੁਣ ਸਾਫ ਮੈਲੇ ਕੱਪੜੇ ਵੀ ਨਰਕਾਂ ਦੀ ਨਿਸ਼ਾਨੀ ਹੈ ਮਹਾਰਾਜ ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ ਹੋਰ ਬੰਦੇ ਨਰਕ ਕਿੱਥੋਂ ਲੱਭਣ ਫਿਰ ਦੂਜੀ ਤਰਫ ਲੈ ਲਓ ਦੋਨੇ ਤਰਫ ਦੱਸੇ ਚਾਣਕ ਜੀ ਹੋਏ ਆ ਗੁਰਦੇਵ ਅਫਲਾਤੂ ਤੇ ਗੁਰਦੇਵ ਜੀ ਹੋਏ ਆ ਉਹਨਾਂ ਦੇ ਕਥਨ ਹੈ ਮੈਂ ਆਪਣੇ ਕੋਲੋਂ ਪੰਕਤੀ ਨਹੀਂ ਬਣਾ ਰਿਹਾ ਕਿ ਵੀ ਪੰਜ ਭੈਣੇ ਆਪਣੇ ਕੋਲੋਂ ਹੀ ਬਣਾ ਬਣਾ ਛੱਡੀ ਜਾਂਦਾ ਨਹੀਂ ਨਹੀਂ ਇਹ ਫਲਾਤੂ ਜੀ ਹੋਏ ਆ ਚਾਣਕ ਉਹਨਾਂ ਦੇ ਗੁਰਦੇਵ ਇਹ ਉਹਨਾਂ ਦੇ ਬਚਨ ਫਿਰ ਕਹਿੰਦੇ ਆਗਿਆਕਾਰੀ ਸੁੱਤ ਹੋਵੇ ਹੁਣ ਉਲਟ ਲੈ ਲਓ ਆਗਿਆਕਾਰੀ ਪੁੱਤਰ ਹੋਵੇ ਬੀਬਾ ਬੱਚਾ ਹੋਵੇ ਬਾਣੀ ਪੜ੍ਹਨ ਵਾਲਾ ਘਰ 'ਚ ਨਾਮ ਦਾ ਪਹਿਰਾ ਲਾਉਣ ਵਾਲਾ ਉਹ ਸਾਰੇ ਘਰ ਨੂੰ ਸਵਰਗ ਬਣਾ ਦਿੰਦਾ ਸਾਰੇ ਘਰ ਨੂੰ ਸਵਰਗ ਬਣਾ ਦਿੰਦਾ ਆਗਿਆਕਾਰੀ ਸੁੱਧ ਹੋਵੇ ਮਿੱਠ ਬੋਲੜੀ ਨਾਰ ਘਰ ਵਾਲੀ ਦਾ ਸਾਥੀ ਦਾ ਸੁਭਾਅ ਚੰਗਾ ਹੋਵੇ ਮਿੱਠਾ ਹੋਵੇ ਮਿੱਠਾ ਹੋਵੇ ਸੁਭਾਅ ਉਹ ਘਰ ਸਵਰਗ ਬਣ ਜਾਂਦਾ ਮਹਾਰਾਜ ਧਨ ਆਪਣਾ ਕਿਸੇ ਅੱਗੇ ਹੱਥ ਨਾ ਕਰਨਾ ਪਵੇ ਬਰਤਨ ਵਾਸਤੇ ਧਨ ਹੋਵੇ ਬਰਤਨ ਵਾਸਤੇ ਧਨ ਹੋਵੇ ਧਨ ਆਪਣਾ ਸੰਤੋਖ ਮਨ ਮਨ 'ਚ ਹੋਵੇ ਸਬਰ ਧਨ ਹੋਵੇ ਤੇਰੇ ਕੋਲ ਭੁੱਖ ਨਾ ਤੈਨੂੰ ਬਹੁਤੀ ਲੱਗੀ ਹੋਏ ਭੁੱਖਿਆ ਭੁੱਖ ਨਾ ਉਤਰੀ ਤੇਰੀ ਭੁੱਖ ਨਹੀਂ ਮਿਟਣੀ ਜਿੰਨੀ ਵੱਡੀ ਤੂੰ ਵਧਾਈ ਜਾਏਗਾ ਓਨੀ ਤ੍ਰਿਸ਼ਨਾ ਵੱਡੀ ਹੋ ਜਾਏਗੀ ਜਿੰਨੀ ਤ੍ਰਿਸ਼ਨਾ ਵੱਡੀ ਹੋਊਗੀ ਓਨੀ ਤੇਰੀ ਚਿੰਤਾ ਵੱਡੀ ਹੋ ਜਾਏਗੀ ਇਹ ਚੇਤੇ ਰੱਖੀ ਜਿੱਡਾ ਵੱਡਾ ਬੰਦਾ ਓਡੀ ਵੱਡੀ ਚਿੰਤਾ ਹੁਣ ਜਿਹੜੇ ਆਪਾਂ ਨੋਰਮਲ ਬੰਦੇ ਹਾਂ ਘਰਾਂ 'ਚ ਰਹਿੰਦੇ ਆਰਾਮ ਨਾਲ ਸੌਂਦਾ ਜਾਂਦੇ ਹਾਂ ਜਿਹੜੇ ਬੜੇ ਬੜੇ ਅਮੀਰ ਲੋਕ ਆ ਉਹ ਤਾਂ ਟੀਕਾ ਲਾ ਕੇ ਸੌਂਦੇ ਰਾਤ ਨੂੰ ਮਹਾਰਾਜ ਗੋਲੀਆਂ ਖਾ ਕੇ ਸੌਂਦੇ ਆ ਬੁੜਕ ਬੁੜਕ ਉੱਠਦੇ ਆ ਪਹਿਰੇਦਾਰ ਉੱਧਰ ਪਹਿਰੇ ਉੱਧਰ ਪਹਿਰੇਦਾਰ ਮਹਾਰਾਜ ਕਿੱਥੇ ਸ਼ਾਂਤੀ ਆਪਾਂ ਆਨੰਦ ਨਾਲ ਘੁੰਮ ਘੁੰਮ ਦਾ ਲੈਂਦੇ ਹਾਂ ਆਰਾਮ ਨਾਲ ਮੈਂ ਕਹਿੰਦਾ ਹੁੰਦਾ ਸਿੰਘਾਂ ਨੂੰ ਆਰਾਮ ਨਾਲ ਸ਼ਕਰੀਮਾ ਖਾਓ ਠੰਡੇ ਪੀਓ ਨਜ਼ਾਰੇ ਲਓ ਜ਼ਿੰਦਗੀ 'ਚ ਆਏ ਆ ਨਾ ਆਰਾਮ ਨਾਮ ਜਪੋ ਵਾਹਿਗੁਰੂ ਦਾ ਭਜਨ ਕਰੋ ਇੰਨਾ ਸੁੱਖ ਲੈ ਕੇ ਵੀ ਵਾਹਿਗੁਰੂ ਦੇ ਨਾਮ ਨੂੰ ਭੁੱਲੋ ਨਾ
ਹੁਣ ਇਹਨਾਂ ਨੇ ਭਾਈ ਸਾਹਿਬ ਇਹਨਾਂ ਨੇ ਸੋਹਣਾ ਘਰ ਬਣਾਇਆ ਬਾਪੂ ਜੀ ਉਹਨਾਂ ਨੇ ਕਿੰਨਾ ਸੋਹਣਾ ਘਰ ਬਣਾਇਆ ਇਸ ਘਰ 'ਚ ਬੰਦਗੀ ਕਰੋ ਵੀ ਸਾਨੂੰ ਇੰਨੇ ਸੁੱਖ ਦਿੱਤੇ ਆ ਰੱਜ ਕੇ ਤਪ ਕਰੋ ਜਦੋਂ ਰੱਜ ਕੇ ਤਪ ਕਰਾਂਗੇ ਸਾਨੂੰ ਹੋਰ ਵੱਡੇ ਮਹਿਲ ਦੇ ਜੇ ਅਸੀਂ ਹੁਣ ਨਾ ਜਾਪ ਕੀਤਾ ਇੰਨੇ ਸੁੱਖ ਹੋਣ ਦੇ ਬਾਅਦ ਸਾਨੂੰ ਪੁੱਤਰ ਮਿਲੇ ਧੀਆਂ ਮਿਲੇ ਬੱਚੇ ਮਿਲੇ ਘਰਦਾਰ ਮਿਲਿਆ ਜੇ ਅੱਜ ਵੀ ਰੱਬ ਨੂੰ ਭੁੱਲ ਗਏ ਚੇਤੇ ਰੱਖਿਓ ਹੌਲੀ ਹੌਲੀ ਪੁੰਨਾਂ 'ਚ ਘਟਣਾ ਸ਼ੁਰੂ ਹੋ ਜਾਂਦਾ ਫਿਰ ਇਹੋ ਜਿਹਾ ਤਖਤਾ ਪਲਟਾ ਮਾਰਦਾ ਵੱਡੇ ਵੱਡੇ ਬੋਰਡ ਡਿੱਗਦੇ ਵੇਖੇ ਆ ਇਹ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਹੁਣ ਕਾਹਨੂੰ ਕਿਸੇ ਦੇ ਨਾਲ ਲੈਣਾ ਬੜੇ ਬੜੇ ਬੋਰਡ ਡਿੱਗਦੇ ਵੇਖੇ ਮਹਾਰਾਜ ਪਰਬਤ ਵੀ ਰੁੜਦੇ ਵੇਖੇ ਨੇ ਆਪਾਂ ਸ਼ਬਦ ਨਹੀਂ ਪੜ੍ਹਦੇ ਹੁੰਦੇ ਪਰਬਤ ਵੀ ਰੁੜਦੇ ਵੇਖੇ ਪਰਬਤ ਵੀ ਰਾਜਾ ਬਣਾ ਦਿੰਦਾ ਮਾਲਕ ਇੱਕ ਛਿੰਡੇ ਵਿੱਚ ਰਾਜੇ ਨੂੰ ਕੰਗਾਲ ਬਣਾ ਦਿੰਦਾ ਇਹ ਬਾਣੀ ਕਾ ਬਚਨ ਹੈ ਭਿਖਾਰੀ ਤੇ ਰਾਜ ਕਰਾਵਾ ਬਾਬਾ ਜੀ ਸਾਡੇ ਬੈਠੇ ਆ ਰੋਜ਼ ਬਾਣੀ ਪੜ੍ਹਦੇ ਸਾਨੂੰ ਸੁਣਾਉਂਦੇ ਆ ਭਿਖਾਰੀ ਨੂੰ ਰਾਜਾ ਬਣਾਉਣਾ ਰਾਜੇ ਨੂੰ ਭਿਖਾਰੀ ਬਣਾਉਣਾ ਇੱਕ ਪਲਕ ਦਾ ਕੰਮ ਹੈ ਰੀਤੇ ਭਰੇ ਭਰੇ ਸਖਨਾਵੈ ਜਹ ਤਾਕੋ ਬਵਿਆਰੇ ਖਾਲੀਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰਨਾ ਇੱਕ ਪਲਕ ਦਾ ਕੰਮ ਹੈ ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ ਖਲ ਮੂਰਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਹਾਜ਼ਰ ਹੋ ਨਾ ਤੁਸੀਂ ਸਾਰੇ ਕਿਹੜੀ ਸਾਖੀ ਚੱਲ ਰਹੀ ਸੀ ਭਲਾ ਨਹੀਂ ਭਗਤ ਬੇਣੀ ਜੀ ਦੀ ਸਾਖੀ ਚੱਲ ਰਹੀ ਸੀ ਭਗਤ ਬੇਣੀ ਜੀ ਮੇਰੇ ਵਾਹਿਗੁਰੂ ਕਾਲ ਪੁਰਖ ਅੱਜ ਨੌਕਰ ਬਣ ਕੇ ਭਗਤ ਜੀ ਘਰ ਆਏ ਕਹਿੰਦੇ ਮਹਾਰਾਜ ਮੈਂ ਨੌਕਰ ਮੈਨੂੰ ਰੱਖ ਲਓ ਪਰ ਨਾ ਮੇਰਾ ਅੰਤਰਜਾਮੀ ਹੈ ਹੈ ਮੈਂ ਸਰਵਵਿਆਪੀ ਪਰ ਜਿੰਨਾ ਦਿਓਗੇ ਉਨਾ ਖਾ ਲੂੰ ਜੇ ਥੋੜਾ ਦਿਓਗੇ ਥੋੜੇ ਤੇ ਗੁਜ਼ਾਰਾ ਕਰ ਲੂੰ ਬਾਹਲਾ ਦਿਓਗੇ ਬਾਹਲਾ ਖਾ ਲੂੰ ਪਰ ਜਿੱਥੇ ਭਗਵਾਨ ਦੀ ਨਿੰਦਿਆ ਹੋਈ ਮੈਂ ਨਹੀਂ ਜੇ ਰਹਿਣਾ ਮੈਂ ਨਹੀਂ ਰਹਿਣਾ ਮੈਂ ਦੌੜ ਜੂ ਜਿੱਥੇ ਭਗਵਾਨ ਦੀ ਨਿੰਦਿਆ ਹੋਈ ਭਗਤ ਜੀ ਕਹਿੰਦੇ ਤੇ ਗੱਲ ਹੀ ਬੜੀ ਸੋਹਣੀ ਹੈ ਭਾਗਵਾਨ ਨੇ ਆਪਾਂ ਤਾਂ ਰੋਜ਼ ਹੀ ਰੱਬ ਰੱਬ ਕਰਦੇ ਹਾਂ ਵਾਹਿਗੁਰੂ ਦੀ ਸਤਿ ਪਾਤਸ਼ਾਹ ਨਿੰਦਿਆ ਤਾਂ ਨੇੜੇ ਤੇੜੇ ਨਹੀਂ ਆਪਣੇ ਘਰ ਦੇ ਆਪਣੇ ਤਾਂ ਪਿੰਡ 'ਚ ਨਹੀਂ ਕੋਈ ਨਿੰਦਿਆ ਕਰਨ ਵਾਲਾ ਨਿੰਦਿਆ ਆਪਾਂ ਕਰ ਇਹ ਗੱਲ ਠੀਕ ਵੀ ਲਏਗਾ ਕੀ ਕਹਿੰਦੇ ਲੈਣਾ ਮੈਂ ਕੁਛ ਨਹੀਂ ਬਸ ਕੱਪੜਾ ਲੀੜਾ ਜੈਸਾ ਦੇਤਾ ਪਾਲ ਸੀ ਭਗਵਾਨ ਬੇਣੀ ਜੀ ਦੇ ਘਰ ਨੌਕਰ ਬਣ ਕੇ ਰਹੇ ਸਮਾਂ ਗੁਜ਼ਰਦਾ ਚਲਾ ਗਿਆ ਰੋਜ਼ ਭਗਵਾਨ ਆਪ ਆਟਾ ਪੀਸਦੇ ਆ ਆਏ ਸਾਧੂ ਨੂੰ ਆਪ ਭੋਜਨ ਛਕਾਉਂਦੇ ਆ ਮੰਡਲੀਆਂ ਆਉਂਦੀਆਂ ਤੇ ਸਾਧੂ ਮਹਾਤਮਾ ਉਹਨਾਂ ਦੇ ਭਗਵਾਨ ਦੇ ਹੱਥ ਦਾ ਭੋਜਨ ਛਕ ਕੇ ਇੰਨੇ ਪ੍ਰਸੰਨ ਵਾਹ 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 ਆਸ਼ਿਸ਼ ਕਰ ਉੱਠਦੇ ਵੀ ਬੇਣੀ ਜੀ ਜਿਹੜੇ ਇਹ ਤੁਸੀਂ ਨੌਕਰ ਰੱਖੇ ਆ ਇਹਨਾਂ ਦਾ ਕਿ ਰੂਹਾਨੀਅਤ ਚਿਹਰਾ ਇਹਨਾਂ ਦਾ ਜਿਹੜਾ ਭੋਜਨ ਹੱਥ ਵਿੱਚ ਇੰਨੀ ਬਰਕਤ ਆਹਾ ਆਨੰਦ ਹੀ ਆ ਜਾਂਦਾ ਭੋਜਨ ਛਕ ਕੇ ਇੰਨਾ ਆਨੰਦ ਆਉਂਦਾ ਇਸ ਦਾ ਬਾਰ ਬਾਰ ਚਿੱਤ ਕਰਦਾ ਭੋਜਨ ਛਕਣ ਨੂੰ ਸਮਾਂ ਚੱਲਦਾ ਰਿਹਾ ਲੰਗਰ ਚੱਲਦਾ ਰਿਹਾ ਛੇਤਰ ਚੱਲਦਾ ਇੰਨੇ ਆਨੰਦ ਮੰਗਲ ਹੋ ਗਿਆ ਭਗਤ ਬੇਣੀ ਜੀ ਇਲਾਕੇ ਵਿੱਚ ਆਂਢ ਗੁਆਂਢ ਗਊ ਗਰੀਬੇ ਸਾਰੇ ਲੰਗਰ ਛਕੜਾਇਆ ਕਰਨ ਤੇ ਜਿੰਨਾ ਪਰੋਸ ਦੇਣਾ ਉਹਦੀ ਘਰ ਵਾਲੀ ਨੇ ਭੋਜਨ ਛਕ ਲੈਣਾ ਭਗਵਾਨ ਨੇ ਜਿੰਨਾ ਰੱਖ ਦੇਣਾ ਇੱਕ ਦਿਨ ਮਨ 'ਚ ਫੁਰਨਾ ਬਣਿਆ ਬੇਣੀ ਜੀ ਦੀ ਘਰ ਵਾਲੀ ਕਹਿੰਦੀ ਇਹਨੂੰ ਰਜਾ ਕੇ ਵੇਖ ਲਈ ਵੀ ਕਿੰਨੀ ਕੁ ਇਹਦੀ ਔਸਤ ਹੈ ਵੀ ਕਿੰਨਾ ਕੁ ਖਜ਼ਾਨਾ ਹੈ ਵੀ ਕਿੰਨਾ ਕੁ ਖਾਊ ਵੀ ਨੌਕਰ ਕਿਤੇ ਭੁੱਖਾ ਤਾਂ ਨਹੀਂ ਰਹਿੰਦਾ ਇਹਨੂੰ ਰਜਾ ਕੇ ਤਾਂ ਵੇਖ ਲਾ ਕਿਤੇ ਮੈਂ ਘੱਟ ਭੋਜਨ ਦੇਵਾਂ ਤੇ ਇਹਨੂੰ ਭੁੱਖ ਹੋਰ ਹੋਵੇ ਪ੍ਰਾਂਤ ਵਿੱਚ ਰਿੰਨ ਕੇ ਤੌੜੀ ਪ੍ਰਾਂਤ 'ਚ ਪਾ ਤੀ ਭਗਵਾਨ ਸਾਰੇ ਖਾ ਗਏ ਉਹ ਸ੍ਰਿਸ਼ਟੀ ਦਾ ਮਾਲਕ ਹੈ ਉਹ ਤਾਂ ਸਾਰੀ ਸ੍ਰਿਸ਼ਟੀ ਮੂੰਹ 'ਚ ਵਿਖਾ ਦਿੰਦਾ ਸਾਰੀ ਦੁਨੀਆਂ ਨੂੰ ਉਹਦੇ ਅੱਗੇ ਕਿਹਾ ਸਾਰੀ ਪ੍ਰਾਂਤ ਖਾ ਗਏ
आटा गुजिया प्रशादे बनाई गई बेनी दे घर वाली पकवान खाई गया खाई गया खाई कहिंदी कमाल है कहिंदी सारे रिश्ते ना भोजन तां कल्ले खा गया नौकर कहिंदी तां दवाला कढ तू घर दा हुण कित्थे माइयां दे ढिड च गल पचदी है ਉਹਦੀ ਜਿਹੜੀ ਗਵਾਂਢਣ ਸੀ ਕਹਿੰਦੀ ਭੈਣ ਗੱਲ ਸੁਣ ਤੂੰ ਕਈ ਦਿਨਾਂ ਦੀ ਚਿੰਤਾ ਜੀ ਤੇਰੇ ਰੰਗ ਭਾਵ ਉੱਡੇ ਪਏ ਆ ਭਾਗ ਨਹੀਂ ਤੇਰੇ ਚਿਹਰੇ ਤੇ ਗੱਲ ਕੀ ਹੈ ਉਹ ਕਹਿੰਦੀ ਭੈਣ ਜੀ ਫਿਰ ਦੱਸੂ ਹਜੇ ਤਾਂ ਬੇਣੀ ਜੀ ਘਰ ਹੈ ਜਦੋਂ ਕਿਤੇ ਬਾਹਰ ਅੰਦਰ ਜਾਣਗੇ ਨਾ ਫਿਰ ਮੈਂ ਤੈਨੂੰ ਇਕੱਲਿਆਂ ਨੂੰ ਗੱਲ ਦੱਸੂ ਤੂੰ ਮੇਰੀ ਭੈਣ ਆ ਮੈਂ ਦਰਦ ਤੇਰੇ ਕੋਲ ਹੁਣ ਬੀਬੀਆਂ ਦੇ ਢਿੱਡ 'ਚ ਕਿੱਥੇ ਗੱਲ ਪਚਦੀ ਹੈ ਲੈ ਤੂੰ ਮੇਰੀ ਭੈਣ ਆ ਇਹੋ ਜੀ ਕਿਹੜੀ ਗੱਲ ਹੈ ਬਹਿ ਗਈ ਗੱਲ ਕੀਤਿਆ ਮਨ ਹੌਲਾ ਹੋ ਜਾਂਦਾ ਦੱਸ ਦੇ ਕੀ ਗੱਲ ਹੈ ਕੱਢ ਲਈ ਗੱਲ ਕਹਿੰਦੀ ਜਿਹੜਾ ਮੈਂ ਨੌਕਰ ਰੱਖਿਆ ਨਾ ਛੜੀ ਦਾ ਭੁੱਖਾ ਇਹ ਬਚਨ ਕਹਿ ਬੈਠੇ ਛੜੀ ਦਾ ਭੁੱਖਾ ਕਹਿੰਦੀ ਪ੍ਰਾਂਤ ਦਿੱਤੀ ਖਾ ਖੀਰ ਦੀ ਉਹ ਵੀ ਖਾ ਗਿਆ ਕਹਿੰਦੀ ਦੋ ਪ੍ਰਾਂਤਾਂ ਗੁੰਨੀਆਂ ਆਟੇ ਦੀਆਂ ਰੋਟੀਆਂ ਉਹ ਵੀ ਖਾਈ ਜਾਂਦਾ ਕਹਿੰਦੀ ਜੇ ਸਾਰਾ ਰਾਸ਼ਨ ਇਹਨੂੰ ਕੱਲੀ ਨੂੰ ਖਵਾਤਾ ਘਰ ਦਾ ਤਾਂ ਦਵਾਲਾ ਨਿਕਲ ਜੂ ਇਹ ਗੱਲ ਕਹੀ ਨਹੀਂ ਭਗਵਾਨ ਜੀ ਨੇ ਆਪਣਾ ਸਮਾਨ ਸਮੇਟਿਆ ਮੋਢੇ 'ਤੇ ਰੱਖਿਆ ਆਓ ਗਏ ਜਦੋਂ ਉਹ ਗੱਲਾਂ ਗੁੱਲਾਂ ਕਰਕੇ ਆਪਣਾ ਢਿੱਡ ਜਿਹਾ ਹੌਲਾ ਕਰਕੇ ਘਰ ਆਈ ਤੇ ਉੱਥੇ ਨੌਕਰ ਹੈ ਨਹੀਂ ਉਹ ਕਿਹੜਾ ਨੌਕਰ ਸੀ ਤਾਂ ਭਗਵਾਨ ਸੀ ਨਾਲੇ ਕਿਹਾ ਸੀ ਜਿੱਥੇ ਭਗਵਾਨ ਦੀ ਨਿੰਦਿਆ ਮੈਂ ਰਹਿਣਾ ਨਹੀਂ ਤੇ ਜਦੋਂ ਨੌਕਰ ਹੈ ਨਾ ਸੰਤ ਮਹਾਤਮਾ ਆਏ ਭੋਜਨ ਪ੍ਰਸ਼ਾਦ ਕਹਿੰਦੇ ਵੀ ਹੁਣ ਬੇਣੀ ਜੀ ਦੀ ਘਰ ਵਾਲੇ ਵੀ ਕੁਛ ਹੋਰ ਬੀਬੀਆਂ ਸੱਦੀਆਂ ਭੋਜਨ ਪ੍ਰਸ਼ਾਦ ਤਿਆਰ ਕੀਤਾ ਸਾਧੂ ਮਹਾਤਮਾ ਕਹਿੰਦੇ ਨੌਕਰ ਇਸ ਦੇ ਦਰਸ਼ਨ ਕਰਨ ਆਏ ਸਾਂ ਉਹ ਤਾਂ ਬੜਾ ਸੀ ਬੀਬੀ ਸੁਭਾਅ ਦਾ ਸੀ ਬੜਾ ਸੁੰਦਰ ਚਿਹਰਾ ਸੀ ਕੌਣ ਸੀ ਕਹਿੰਦੇ ਜੀ ਸਭ ਪਤਾ ਸਾਨੂੰ ਇਹ ਵੀ ਨਹੀਂ ਸੀ ਉਹ ਤਾਂ ਅੰਤਰਜਾਮੀ ਕਹਿੰਦਾ ਸੀ ਵੀ ਮੇਰਾ ਨਾਮ ਅੰਤਰਜਾਮੀ ਹੈ ਓਹੋ ਉਹ ਸੀ ਅੰਤਰਜਾਮੀ ਤੂੰ ਪਛਾਣ ਨਾ ਸਕਿਆ ਲੱਗਦਾ ਅੰਤਰਜਾਮੀ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਬੇਣੀ ਜੀ ਘਰ ਆਏ ਦੇਖਿਆ ਨੌਕਰ ਹੈ ਨਹੀਂ ਘਰ 'ਚ ਭਾਗ ਹੈ ਨਹੀਂ ਭਾਗਵਾਨੇ ਨੌਕਰ ਕਿੱਥੇ ਗਿਆ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗੇ ਮੈਂ ਤਾਂ ਗੁਆਂਢਣ ਦੇ ਘਰੋਂ ਆਈ ਹਾਂ ਆਉਂਦੇ ਨੇ ਵੇਖਿਆ ਖਾਲੀ ਪਿਆ ਸੀ ਉਹਦਾ ਕਮਰਾ ਉਵੇਂ ਭਾਂਡੇ ਪਏ ਸਾਰਾ ਕੁਛ ਗਏ ਕਿੱਥੇ ਤਲਾਸ਼ ਕੀਤੀ ਪਰ ਲੱਭੇ ਨਹੀਂ ਲੱਭੇ ਉਹ ਕਹਿੰਦੇ ਲੱਭਣ ਵਾਲੀ ਵਸਤੂ ਤਾਂ ਪ੍ਰੇਮ ਦਾ ਭੁੱਖ ਹੈ ਲੱਭੇ ਨਹੀਂ ਲੱਭੇ ਬੜੀ ਤਲਾਸ਼ ਕੀਤੀ ਬਾਹਰ ਢੂੰਡਦਾ ਰਿਹਾ ਪਰ ਹੈ ਇਹਦੇ ਹਿਰਦੇ 'ਚ ਹੀ ਬੈਠਾ ਇਹ ਬਾਹਰ ਲੱਭਦਾ ਫਿਰਦਾ ਤੂੰ ਪ੍ਰੇਮ ਬਸ ਪ੍ਰੇਮ ਨਾਲ ਬਾਣੀ ਪੜ੍ਹ ਤੇਰੀ ਅੰਦਰੋਂ ਪ੍ਰਗਟ ਹੋ ਜੂ ਅੰਦਰੋਂ ਉਹ ਦੂਰ ਨਹੀਂ ਹੈ ਪਰਮੇਸ਼ੁਰ ਤੇ ਤੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਫਿਰ ਸ਼ਾਮ ਨੂੰ ਜਦੋਂ ਬੇਣੀ ਜੀ ਪੁੱਛਦੇ ਆਪਣੀ ਘਰਵਾਲੀ ਨੂੰ ਕਹਿੰਦੇ ਵੀ ਗੱਲ ਕੀ ਹੋਈ ਹੈ ਇੱਦਾਂ ਤਾਂ ਉਹਨੇ ਜਾਣਾ ਨਹੀਂ ਸੀ ਉਹਨੇ ਫਿਰ ਆਪਣੇ ਦਿਲ ਦੀ ਗੱਲ ਦੱਸੀ ਕਹਿੰਦੀ ਆਹ ਗੱਲ ਮੈਂ ਗੁਆਂਢਣ ਕੋਲ ਕਹਿ ਕੇ ਆਈ ਹਾਂ ਕਹਿੰਦੀ ਜਾ ਕਮਲੀਏ
फिर महाराज जी ने गुरबाणी भगत बेणी त्रिलोचन जी का शब्द आंदा काहे निंदस भूली गुवारी ऐ कमलिए गुवारी ऐ चलिए तू ते भगवान की निंदा कर बैठी काहे भूली स गुवारी दो किरस तो किरत थारो करमरी तेरे फुट गए भाग तेरे माड़े भाग तू भगवान की निंदा कर बैठी नौकर नहीं सी वो तो खुद भगवान ही आया वो तो तेरे घर रब ही आया वो नौकर थोड़ी सी तू उन्हां दी निंदा कर बैठी हाँ कहिंदे मैं कह बैठी छड़ी दा भुखा भी इहनू रजाऊं दा सारा रासल दा ई खा जाएगा ओए होए होए कमलिए तू ये वचन नहीं सी कहना किन्ना वधिया आनंद बनिया होया सी पर भगवान ना मिले गुरमुखां दे तां हिरदे च सदा ही रहिंदा आवाज आई त्रिलोचन बेनी जी संसा ना करो असीं हमेशा तुहाडे कोल ही बस भुल के अगे निंदा ना करना भगवान दी माड़ा ना कहना बड़े प्यार से मिलना सबसे मत भूलो इंसान रे पता नहीं किस भेख में आकर मिल जाए भगवान रे पता नहीं केड़े रंगा च मस्त है तू आपे दाता आपे भुगता जी हौ तुझ बिन अब ना जाना तू पार ब्रह्म बेअंत बेअंत जी तेरे क्या गुण आख वखाना तू आपे दाता दाता वंडन वाला बैठा है आप बार भखारी के रूप में खड़ा होएगा ये ओदियां ओही जाने हमेशा रब दे पै विच रहो ओदे हुक्म विच विचरो रब रब जपो गुरबाणी जपो अमृत लुठो किन्ने सानू सुखरां बख्शे सोहणे महल बख्शे भाई बलजिंदर सुना नू बजुर्गां नू सारिआं नू ए महाराज जी ने दाती साडी बीजी है हुण तां ओह वी सैणा शरीर हो गया ते बहुत पुरातन ए सुहिल परिवार साडे नाल चलदा आ रिहा सतगुरु इन्हां नू होर बरकतां बख्शण कमाई करोंगे भजन करोंगे सतसंगत करोंगे तुहानू होर वाधा मिलेगा कमाईआं होर चढ़दीआं कल्लां तुहाडीआं होणगीआं जे रब नू भुल गए वसार दिता दात प्यारी विसरिया दतारा कदे भी दाता नू प्यारा जान के दाते नू भुलना नहीं चाहिंदा दाते नू हमेशा ही याद रखो एहो जे समागम रचन दे तदी लाभ है जे असीं हमेशा दाते नू याद रखिए आओ सारे पैर ना पढ़ियो जिन्हू ये मन च आस है भी सतगुरु कृपा महाराज जी साडे घर भी कितने मेहर हो जाएगी सारे बोलियो सतगुर आबण के फेरा दाने भी इन्ने किसी ना सौदा इन्ना मिलना इन्ने दाने का दा। फिर दाने वध देने पैणगे सिमरन वध करना पएगा कमाई करो एक बार ना बाबा ईशा सिंह जी महाराज झूरना वाले बाबा जी एक तो अपने संतमान लाड़े साड़े ना बाबा जी कलीना वाले देहरादून गए नांसरा बाबा जी तो इदा ही संगत कहती होर लाओ जी समा चार पांच दिन बड़ा आनंद बनया जी चार पांच दिन होर दियो बाबा जी कहने फीस बड़ी वड्डी है
बहुत वड्डी फीस आ। एक बार उठिया सेठ जिवें कढ़ाणी वाला साडा सरदार, कहिंदे उहनां नूं पुछिया वी बाबा जी 50,000 मंग लैणगे, लख मंग लैणगे, चल दे दांगे। कहिंदा बाबा जी हुकम करो 25,000 दे दां होर। बाबा जी कहिंदे ना थोड़ा है, होर दे। कहिंदे लख जी? कहिंदे ना हजे वी थोड़ा है। फिर महाराज की फीस है? कहिंदे फीस भारी है, तां तो दे नहीं होणी। उह तकड़ा सेठ सी। कहिंदा बाबा जी हुकम करो। कहिंदा मैं ट्रक हुणे वेच दिंदा। कहिंदे ना 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 ये नहीं करना। कहिंदे ग्रंथी सिंह नूं बुलाओ। जिवें बाबा जी साडे ग्रंथी सिंह नूं बुलाया ते ग्रंथी सिंह पुछिया, महापुरशां ने जिहड़ा गुरु साहब दा रात नूं सिंघासन करदे आ जिथे महाराज विराजमान हुंदे आ, उह पलंगा बणिया होया, गुरु साहब दा कमरा बणिया होया? कहिंदे नहीं जी, हजे असीं लंबारी 'च विराजमान करदे। बाबा जी कहिंदे कमरा बना दो, इहो साडी फीस आ, दो दीवान होर दे दांगे। कमरा देखो महापुरशां दा जोड़न दा तरीका। कहिंदे गुरु ग्रंथ साहिब दी बाणी दा सत्कार करो, महाराज असीं पलंगा 'च सौंदे आ। हाँ जी, साढ़े श्री 6-6 फुट, महाराज का 7-7 फुट, 6वें पातशाह का कद 7-6 फुट सी महाराज जी का कद, 6वें पातशाह का घोड़ा बदलना पैंदा सी। एडे दाते ने पैना, पलंगे किड्डे किड्डे चाहिए आ, खुले पलंगे हुण जिथे गुरु साहब ने रात नूं विराजमान होना, साढ़े किड्डे किड्डे बैड होंगे आ, किन्ने किन्ने सोहणे बैड होंगे आ। कहिंदे सुंदर कमरा बनाओ, बैड बनाओ, फिर तुहानूं दो दीवान होर दे दांगे। फिर महाराज जी कहिंदे वाह वाह दातिया, किड्डी सोहणी फीस रखी है। कहिंदे धन पदार्थ साढ़े अगे कि पिछे तुरिया फिरदा, असीं इहदे तों की रहिणा, इह तां हत्थां दी मैल आ गई थोड़ी, किसे कोल बहुती है, इह तां इत्थों चकड़ा कहा होर गरीब दे घर धर दांगी, लाओ भी मौज करो आनंद लो। इह तां जिन्ना वंडिया जाए खजाना उन्ना थोड़ा थोड़ा, बस लोड़ है मन्नण दी, भावें बचन दो ही हुण मन लो। जे मन लिया बेड़ा पार है, जे नहीं मनना भावें सारी रात लगे रहिए, सारी रात, सारी रात हुई रामलीला। से सवेरे पुछदी है उहदी घरवाली, कहिंदी राम जिहड़ी सीता सी उहदी घरवाली सी कि? उह कहिंदी लै दस गवाल आ, सारी रात रामलीला हुंदी रही ते तैनूं हजे इदां नहीं पता लग्गिया? इहदा मतलब इह उहदे ध्यान नाल नहीं सुणी उह साखी, जे ध्यान नाल सुणी हुंदी ना सारी समझ आ जाणी, सीता तां उहदी पत्नी है, घरवाली है। हनुमान जी उहदे भगत सन ते राम जी उहदे पति सन। इस तरह ये रामलीला ये सुन दी जिहड़ी राम दी लीला, राम दी खेड है, ये तदी लाहा जे असीं एक एक बचन सुनीए, उहनूं ग्रहण करिए ते साडे हिरदे च बचन वस जाण, तां साडा बेड़ा पार होएगा। ते ये साडी TRC इहनां ने नवां चैनल खोलिया, सतगुरु इधर ही भाग लाउण, ते थां थां इहनां दा वी प्रचार, ये हर एक महात्मा नाल प्यार करदे आ ते साडे नाल वी बहुत प्रेम करदे आ, बाबा जी दा सारिआं दा जिन्हां ने सोहना साथ दिता, जिवें बाहरले दिशा साज वाज वजाउंदे आ साडे नाल साथ दिंदे आ, ते सभनां दा ही तहि दिलों धन्नवाद सारे परिवार दा। राम कली महला तीजा नंद एक ओंकार सतगुर प्रसाद, राम कली महला तीजा नंद एक ओंकार सतगुर प्रसाद, नंद भया मेरी मां
ਜਾਗਦੀ ਜੋਤ ਹਾਜ਼ਰ ਨਾਜ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਕਰਦਾ ਧਿਆਨ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸਤਿਗੁਰੂ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਸਾਹਿਬ ਜੁਝਾਰ ਸਿੰਘ ਸਾਹਿਬ ਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਚਾਲੀ ਮੁਕਤੇ ਸ਼ਹੀਦਾਂ ਮ੍ਰਿਤਾਂ ਹੱਟੀਆਂ ਜਪਿਆ ਤਪਿਆ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੇ ਵੇਖਿਆ ਨਿੜ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਇਹਨਾਂ ਸਿੰਘਾਂ ਸਿਮੜਿਆ ਨੇ ਧਰਮ ਸੀ ਦਿੱਤੇ ਚਰਖੜੀਆਂ ਚੜੀ ਬੰਦ ਬੰਦ ਕਟਾਏ ਕੁੱਟੀਆਂ ਗੱਲਾਂ ਰਵਾਈਆਂ ਜਿਉਂਦੇ ਅੱਗਾਂ ਨੇ ਸਾੜੇ ਗਏ ਆਰਿਆਂ ਨਾਲ ਤਨ ਚੜਵਾਏ ਮੀਰ ਪੁਰੂ ਨੇ ਜੇ ਸਵਾ ਸਵਾ ਮਨ ਦੇ ਕਿਸਣੇ ਕਿਸਣੇ ਇਸੇ ਆਪਣੇ ਬੱਚਿਆਂ ਦੇ ਟੋਟੇ ਪਰਿਵਾਰ ਜੀ ਗਾਂ ਜਹਾਜ਼ ਪਵਾਏ ਸਿੱਖੀ ਸਿਰਤ ਨਹੀਂ ਹਾਰਿਆ ਤਿਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਗੁਰਦੁਆਰੇ ਦੇ ਸੁਧਾਰ ਇੱਕ ਸ੍ਰੀ ਤਰਨ ਤਾਰਨ ਸਾਹਿਬ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਪੰਜਾਬ ਸਾਹਿਬ ਗੁਰਦੁਆਰਾ ਗੰਗ ਸਰ ਵਿਸੇ ਅਸਾਇਤ ਤੇ ਕਹਿ ਕਾਸ਼ਟ ਸਹਾਰ ਦੇ ਵੀ ਸ਼ਹੀਦ ਹੋ ਗਏ ਇਹਨਾਂ ਸਿੰਘਾਂ ਸਿੰਘੜਿਆ ਪੰਜਾਬੀਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਪੰਜਾਂ ਤਾਤਾਂ ਸੁਰਵਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਪ੍ਰਿਥਵੀ ਸੁਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸੁਰਵਤ ਖਾਲਸਾ ਜੀ ਕੀ ਵਾਹਿਗੁਰੂ 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 ਰਾਮ ਚੇਤਾ ਵੇ ਜੇਤਾ ਨੂੰ ਸਦਕਾ ਸਭ ਸੁਖ ਹੋਈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹਿ ਤੇ ਤੇ ਫਤਿਹ ਵਿਰਦ ਕੀ ਪੈਜ ਪੰਥ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵੇਗ ਦਾਨ ਸਹਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਲ ਲਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਸ਼ਨਾਨ ਚੌਕਿਆਂ ਝੜੇ ਗੁਰ ਜੁਗ ਅਕਲ ਧਰਮ ਕਾ ਜੈਕਾਰ ਸਿੱਖੀ ਸਿੱਖੇ ਸਾ ਸਵਾਸਾਂ ਸੰਗਰਾਉਣੀ ਕਾਮ ਕ੍ਰੋਧੋਂ ਮੋਹੰਕਾਰ ਤੋਂ ਜਾਣਾ ਸੁੱਚੇ ਪਾਤਸ਼ਾਹ ਜੀ ਆਪ ਜੀ ਦੇ ਦਾ ਘਰ ਦੇ ਸੇਵਕ ਆਪਣੇ ਅਗਰਹਿ ਵੇਖੇ ਖੁਸ਼ੀਆਂ ਦੇ ਪਰਸਾਏ ਸ਼ੁੱਧ ਬਾਣੀ ਪੜ੍ਹ ਸੁਣ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਮੂਹ ਪਰਿਵਾਰ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਰੀਤ ਸਾਜ ਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਅਨੇਕ ਪ੍ਰਕਾਰ ਭੋਜਨ ਵਕੀਓ ਬਹੁ ਵਿਅੰਜਨ ਮਿਟਾਏ ਕਰੀ ਪਾ ਸਾਜ ਪਿਤਰਾ ਹੁਣ ਲਾਉ ਭੋਗਾ ਰਹੇ ਦੀ ਮਾਂ ਬਾਪ ਸਾਰ ਲੰਗਰ ਸਾਜ ਕੇ ਦਰ ਪ੍ਰਵਾਨ ਹੋਏ ਹਨ ਜਿਸ ਖਜ਼ਾਨੇ ਲੰਗਰ ਸਜੇ ਸੋ ਖਜ਼ਾਨੇ ਤੁਰਪੁਰ ਗੁਰਦੁਆਰਾ ਦੇ ਸੇਵਕਾਂ ਦੀ ਕਾਜ ਰਾਸ ਕਰ ਰਹੇ ਮਨੋਕਾਮਨਾ ਪੂਰੀਆਂ ਕਰਨੀਆਂ ਆਈਆਂ ਸੰਗਤਾਂ ਵੱਲੋਂ ਤਿਲ ਫੁਲ ਭੇਟਾ ਪ੍ਰਵਾਨ ਕਰੇ ਸੱਚੇ ਪਾਤਸ਼ਾਹ ਜੀ ਆਪ ਆਪਣੇ ਮਥਾਰ ਮਨ ਤੋਂ ਸੋਹਣਾ ਜੀ ਹੁਕਮਨਾਮੇ ਬਖਸ਼ ਕੇ ਸਗੋਂ ਨੂੰ ਨਿਹਾਲ ਕਰੋ ਸਹੀ ਪਿਆਰੇ ਵੀਰ ਜਿਹਨਾਂ ਮਿਲਿਆ ਤੇਰਾ ਨਾਮ ਕੀਤਾ ਹੈ ਗੁਰੂ ਨਾਨਕ ਨਾਮ ਚੜ੍ਹਦੇ ਕਲਾ ਸਤਨਾਮ
वाहे गुरु जी वाहे
वाहे गुरु जी वाहे गुरु जी वाहे गुरु 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 जी वाहे गुरु जी वाहे गुरु जी वाहे गुरु वाहे गुरु जी वाहे गुरु वाहे गुरु जी वाहे गुरु जी वाहे गुरु जी वाहे गुरु जी वाहे गुरु जी। वाहो वाहो कर है से जन सोने वाहू वाहू कर है से जन सोने वाहू वाहू कर है से जन सोने वाहू वाहू कर है से जन सोने करे से जन सोने वाहो वाहो करे से जन सोने तिन को परजा पूजण आई 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 वाहो।